ਦੋਸਤੋ ਪੰਜਾਬ ਦੀ ਨਵੀਂ ਨਵੀਂ ਜੋਬਸ ਅਪਡੇਟ ਲੈਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਲਰਕ ਦੇ ਆਈ ਜੋਬ ਰਿਕਰੂਟਮੈਂਟ ਦੀ। ਟੋਟਲ ਪੋਸਟਾਂ ਦੀ ਗੱਲ ਕਰੀਏ 23 ਪੋਸਟਾਂ ਨੇ ਅਤੇ ਸੈਲਰੀ ਕਾਫੀ ਅੱਛੀ ਇਸ ਵਿੱਚ, ਮਤਲਬ ਕਿ 20,000 ਪਲੱਸ ਤੁਹਾਨੂੰ ਸੈਲਰੀ ਮਿਲੇਗੀ। ਇਸ ਤੋਂ ਇਲਾਵਾ ਕੁਆਲੀਫਿਕੇਸ਼ਨ ਦੀ ਗੱਲ ਕਰੀਏ, ਕੋਈ ਵੀ ਗ੍ਰੈਜੂਏਸ਼ਨ ਪਾਸ ਕੈਂਡੀਡੇਟ ਇਸ ਪੋਸਟ ਨੂੰ ਅਪਲਾਈ ਕਰ ਸਕਦਾ, ਚਾਹੇ ਤੁਸੀਂ ਬੀਏ ਕੀਤੀ ਹੈ, ਬੀਕੌਮ ਕੀਤੀ ਹੈ, ਬੀਐੱਸਸੀ ਕੀਤੀ ਹੈ ਤਾਂ ਇਸ ਪੋਸਟ ਲਈ ਐਲੀਜੀਬਲ ਹੋ। ਅਤੇ ਏਜ ਲਿਮਿਟ ਦੀ ਗੱਲ ਕਰੀਏ, 18 ਤੋਂ 37 ਸਾਲ ਦਾ ਕੋਈ ਵੀ ਕੈਂਡੀਡੇਟ ਇਸ ਪੋਸਟ ਨੂੰ ਅਪਲਾਈ ਕਰ ਸਕਦਾ। ਅਤੇ ਹੁਣ ਗੱਲ ਕਰ ਲਈ ਨੇ ਅਪਲਾਈ ਕਿਵੇਂ ਕਰਨੀ, ਇਸ ਤਰ੍ਹਾਂ ਦਾ ਪਰਫੋਰਮਾ ਤੁਹਾਨੂੰ ਡਾਊਨਲੋਡ ਕਰਨਾ ਪਵੇਗਾ। ਜੇ ਤੁਸੀਂ ਪਰਫੋਰਮਾ ਡਾਊਨਲੋਡ ਕਰ ਲਓਗੇ ਤਾਂ ਠੀਕ ਹੈ, ਨਹੀਂ ਤਾਂ ਮੈਨੂੰ ਇਸ ਇੰਸਟਾਗ੍ਰਾਮ ਆਈਡੀ ਤੇ ਫੋਲੋ ਕਰਕੇ ਮੈਨੂੰ ਮੈਸੇਜ ਕਰ ਦਿਓ, ਤਾਂ ਮੈਂ ਇਹ ਪਰਫੋਰਮਾ ਤੁਹਾਨੂੰ ਡਾਊਨਲੋਡ ਕਰਕੇ ਤੁਹਾਨੂੰ ਸੈਂਡ ਕਰ ਦੇਣਾ। ਠੀਕ ਹੈ, ਹੁਣ ਆਪਾਂ ਗੱਲ ਕਰ ਲੈਂਦੇ ਹਾਂ ਪਰਫੋਰਮਾ ਜਦੋਂ ਤੁਹਾਡੇ ਤੋਂ ਕੋਲ ਪਹੁੰਚ ਗਿਆ ਉਦੋਂ ਇਸਦਾ ਪ੍ਰਿੰਟ ਕਢਾਉਣਾ। ਇੱਥੇ ਪੋਸਟ ਆਫ ਕਲਰਕ ਲਿਖਣਾ ਹੈ, ਅਤੇ ਇਸ ਤੋਂ ਬਾਅਦ ਆਪਣਾ ਨੇਮ, ਫਾਦਰ ਨੇਮ, ਪਰਮਾਨੈਂਟ ਐਡਰੈਸ, ਕੋਰਸਪੋਂਡੈਂਸ ਐਡਰੈਸ, ਅਤੇ ਇਸ ਤੋਂ ਇਲਾਵਾ ਡੇਟ ਆਫ ਬਰਥ, ਕੁਆਲੀਫਿਕੇਸ਼ਨ ਵਿਦ ਪਰਸੈਂਟੇਜ, ਮਾਰਕ ਕਿੰਨੇ ਪਰਸੈਂਟੇਜ ਮਿਲੇ ਆ ਤੁਹਾਨੂੰ ਗ੍ਰੈਜੂਏਸ਼ਨ ਵਿੱਚ। ਇਸ ਤੋਂ ਇਲਾਵਾ ਡਿਟੇਲ ਆਫ ਡਿਗਰੀ, ਡਿਪਲੋਮਾ ਕੰਪਿਊਟਰ ਜੇ ਤੁਹਾਡੇ ਕੋਲ ਹੈ ਤਾਂ ਉਸਦੀ ਡਿਟੇਲ ਆਪਾਂ ਲਿਖ ਦਾਂਗੇ। ਇਸ ਤੋਂ ਇਲਾਵਾ ਨੈਸ਼ਨੈਲਿਟੀ ਆਪਣੀ ਇੰਡੀਅਨ ਲਿਖ ਦਾਂਗੇ, ਐਕਸਪੀਰੀਅੰਸ ਜੇ ਕੋਈ ਹੈ ਤਾਂ ਯੈਸ ਲਿਖ ਦਾਂਗੇ, ਨਹੀਂ ਤਾਂ ਨੋ ਲਿਖ ਦਾਂਗੇ। ਕੈਟਗਰੀ ਆਪਣੀ ਜੋ ਵੀ ਕੈਟਗਰੀ ਐਸ ਸੀ ਐਸ ਟੀ ਓ ਬੀ ਸੀ ਜੋ ਵੀ ਕੈਟਗਰੀ ਹੈ ਇੱਥੇ ਆਪਾਂ ਫਿਲ ਕਰ ਦਾਂਗੇ। ਅਤੇ ਲਿਸਟ ਆਫ ਡਾਕੂਮੈਂਟ, ਲਿਸਟ ਆਫ ਡਾਕੂਮੈਂਟ ਵਿੱਚ ਕੀ ਲਿਖਣਾ, ਆਪਣਾ ਆਧਾਰ ਕਾਰਡ, ਆਈ ਡੀ ਪਰੂਫ ਮਤਲਬ ਕਿ ਵੋਟਰ ਕਾਰਡ, ਅਤੇ ਆਪਣਾ ਜਿਹੜਾ ਇਹ ਗ੍ਰੈਜੂਏਸ਼ਨ ਦਾ ਸਰਟੀਫਿਕੇਟ ਦੀ ਫੋਟੋ ਕਾਪੀ ਨਾਲ ਇਸ 'ਤੇ ਲਗਾਉਣੀ ਹੈ। ਇਸ ਤੋਂ ਇਲਾਵਾ ਕੋਈ ਸਪੈਸ਼ਲ ਐਪਟੀਟਿਊਡ ਜਾਂ ਸਪੈਸ਼ਲ ਐਕਸਪੀਰੀਅੰਸ ਹੈ ਤਾਂ ਉਸ ਬਾਰੇ ਆਪਾਂ ਇੱਥੇ ਡਿਟੇਲ ਵਿੱਚ ਲਿਖ ਦਾਂਗੇ, ਨਹੀਂ ਤਾਂ ਖਾਲੀ ਛੱਡ ਦਾਂਗੇ। ਇਸ ਤੋਂ ਬਾਅਦ ਮੋਬਾਈਲ ਨੰਬਰ ਅਤੇ ਈਮੇਲ ਐਡਰੈਸ ਇੱਥੇ ਫਿਲ ਕਰਨੇ। ਇਸ ਤੋਂ ਬਾਅਦ ਕਰਨਾ ਕੁਛ ਨਹੀਂ ਹੈ, ਇੱਥੇ ਜਸਟ ਆਪਣੇ ਸਿਗਨੇਚਰ ਕਰਨੇ ਹੋ, ਜੋ ਵੀ ਤੁਹਾਡਾ ਸਿਗਨੇਚਰ ਹੈ, ਅਤੇ 20/8/2022 ਤੋਂ ਪਹਿਲਾਂ ਪਹਿਲਾਂ ਇਹਨਾਂ ਨੂੰ ਸੈਂਡ ਕਰ ਦੇਣਾ ਹੈ ਇਹਨਾਂ ਦੇ ਦਿੱਤੇ ਹੋਏ ਪਤੇ ਉੱਪਰ। ਬਾਈ ਡਾਕ ਤੁਸੀਂ ਸੈਂਡ ਕਰੋਗੇ ਇਹਨਾਂ ਦਾ ਦਿੱਤਾ ਹੋਇਆ ਪਤਾ, ਇਹ ਹੈ ਆਫਿਸ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਪਟਿਆਲਾ। ਠੀਕ ਹੈ, ਇਸ ਪਤੇ 'ਤੇ ਆਪਾਂ ਬਾਈ ਪੋਸਟ ਸੈਂਡ ਕਰ ਦੇਵਾਂਗੇ।